NRI देख रहे हो तुसीं ते मैं हाँ तुहाडे नाल ही ना ईवनिंग बुलेटिन दे विच तुहाडे सारयां दा स्वागत है। खबरां दी शुरुआत करदे हां कुछ खास खबरां दे नाल। हुशियारपुर तो किसान आगू मनजीत सिंह राय ने दुकानदारां नूं 8 तरीक नूं दुकानां खोलण दी कीती अपील। डॉक्टर दलजीत सिंह चीमा दा कहना कि कांग्रेसियां दा मुख काम तां शराब दा है, सरकार तां है पार्ट टाइम चला रही है। जलंधर दे विच खाली घर नूं लगी अग, लोकां ने पुलिस नूं दित्ती सूचना। समराला च समूह दुकानदारा ने एकता का सबूत देंदे हुए थाने बाहर दिता धरना। अमृतसर दे विच जुडिशियल कमीशन च श्रोमणी अकाली दल अमृतसर वालों 328 पावन सरूपां नूं लैके कीती गई पटीशन दर्ज। आओ नजर मार लैंदे हां कुछ विस्तार दे नाल इन्हां खबरां ते। हुशियारपुर तो किसान आगू मनजीत सिंह राय नाल कीती गई खास गलबात। मनजीत सिंह राय ने कहा कि समूह दुकानदारां अते व्यापारी वर्ग नूं बेनती है कि वह 8 तरीक नूं अपनियां दुकानां खोलन अते जेकर पुलिस उन्हां नूं तंग करदी है तां किसान जथेबंदियां उन्हां दे मोढे दे नाल मोढा ला के खड़ियां ने। होर उन्हां की कहा आओ जानदे हां। हुशियारपुर तो किसान आगू मनजीत सिंह राय नाल खास गलबात कीती गई। इस दौरान उन्हां कहा कि समूह दुकानदारां अते व्यापारी वर्ग नूं बेनती है कि वह 8 तरीक नूं अपनियां दुकानां खोलन अते जेकर पुलिस उन्हां नूं तंग करती है तां किसान जथेबंदियां उन्हां दे मोढे दे नाल मोढा ला के खड़ियां ने। मनजीत राय वालों 10 तरीक नूं फगवाड़ा तों वड्डा जत्था लै के दिल्ली लई रवाना होण ते की कहा गया, इह वी जरा सुनो। देखो इह साडी संयुक्त किसान मोर्चे वालों ही वैसे तां कॉल है, पर साडियां 32 जथेबंदियां दी मीटिंग होई सीगी ਉੱਥੇ ਸਿੰਘੂ ਬੋਰਡਰ 'ਤੇ। ਉੱਥੇ ਅਸੀਂ ਇਹ ਗੱਲ ਕਲੀਅਰ ਕੀਤੀ ਵੀ ਜਿਹੜੇ ਛੋਟੇ ਦੁਕਾਨਦਾਰ ਵਿਚਾਰੇ ਉਹਨਾਂ ਦਾ ਕੀ ਕਸੂਰ ਆ, ਰੋਜ਼ੀ ਰੋਟੀ ਕਿੱਥੋਂ ਖਾਣ। ਦੇਖੋ ਇਹ ਰੀਸ ਤਾਂ ਕਰਦੇ ਬਾਹਰਲੀਆਂ ਕੰਟਰੀਆਂ ਦੀ, ਬਾਹਰਲੀਆਂ ਕੰਟਰੀਆਂ ਦੇ ਵਿੱਚ ਕਨੇਡਾ ਹੋਇਆ, ਅਮੈਰੀਕਾ ਹੋਇਆ, ਉੱਥੇ ਸਿਸਟਮ ਹੈ ਵੀ ਜੇ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲਣਗੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਖਰਚਾ ਪਾਣੀ ਆ, ਰਾਸ਼ਨ ਪਾਣੀ ਉਹਨਾਂ ਨੂੰ ਉਹ ਦਿੱਤਾ ਜਾਂਦਾ, ਉਹਨਾਂ ਦੇ ਡਾਲਰ ਉਹਨੇ ਪਾ ਦਿੱਤੇ ਜਾਂਦੇ ਖਾਤਿਆਂ 'ਚ। ਜੇ ਸਾਡੀਆਂ ਸਰਕਾਰਾਂ ਇਹ ਨਹੀਂ ਕਰ ਸਕਦੀਆਂ ਤਾਂ ਫਿਰ ਲੋਕਾਂ ਨੂੰ ਕਿਉਂ ਪਰੇਸ਼ਾਨ ਕਰਦੇ ਨੇ। ਠੀਕ ਹੈ ਅਗਰ ਕਰੋਨਾ ਮਹਾਮਾਰੀ ਹੈ ਇਹਨਾਂ ਨੂੰ ਲੱਗਦਾ ਹੈ ਤਾਂ ਉਹਦੇ ਗਾਈਡਲਾਈਨਸ ਹੈਗੀਆਂ, ਡਿਸਟੈਂਸ ਰੱਖ ਕੇ ਚੱਲਣ, ਉਹਦੇ 'ਤੇ ਕਹਿ ਦਿਓ ਕਿ ਸੈਨੀਟਾਈਜ਼ ਕਰਨ, ਇਹ ਉਹ ਮੂੰਹ ਨੂੰ ਬੰਨ ਕੇ ਰੱਖਣ। ਸੋ ਇੱਦਾਂ ਨਹੀਂ ਹੋ ਸਕਦੀਆਂ, ਲੋਕਾਂ ਨੂੰ ਇਹ ਗਾਈਡਲਾਈਨ ਦੇਣ ਵੀ ਗਰਮ ਪਾਣੀ ਪੀਓ, ਕਾੜੇ ਬਣਾ ਕੇ ਪੀਓ ਘਰਾਂ ਦੇ ਵਿੱਚ। ਵੈਸੇ ਵੀ ਮੈਂ ਤਾਂ ਇਹ ਜਾਣਦਾ ਹੁਣ ਤੀਕਰ ਜੋ ਪਤਾ ਲੱਗਿਆ ਵੀ ਕਿਸੇ ਦੀ ਕਰੋਨਾ ਨਾਲ ਘਰ ਮੌਤ ਘੱਟ ਹੋਈ ਆ, ਹੋਸਪਿਟਲਾਂ 'ਚ ਵੱਧ ਹੋਈ ਹੈ। ਤਾਂ ਇਹ ਮਤਲਬ ਕੀ ਹੈ ਵੀ ਹੋਸਪਿਟਲ ਜਦੋਂ ਚਲੇ ਜਾਂਦੇ ਨੇ ਤਾਂ ਉੱਥੇ ਜਾ ਕੇ ਗਲੂਕੋਸ਼ ਟੰਗ ਦਿੰਦੇ ਨੇ, ਉਹ ਗਲੂਕੋਸ਼ ਦੇ ਨਾਲ ਉਹਦੇ ਵਿੱਚ ਟੀਕੇ ਲਾਈ ਜਾਂਦੇ ਨੇ, ਉਹਦੇ ਨਾਲ ਹੋਰ ਜਿਹੜੀ ਉਹ ਛਾਤੀ ਜੰਮ ਜਾਂਦੀ, ਹੁੰਦਾ ਕਿ ਬਲਗਮ ਦੇ ਨਾਲ ਛਾਤੀ ਜੰਮਦੀ ਹੈ ਅਤੇ ਉਹਨੂੰ ਸਾਹ ਆਉਣਾ ਬੰਦ ਹੋ ਜਾਂਦਾ। ਵੱਧ ਤੋਂ ਵੱਧ ਮੌਤਾਂ ਜਿਹੜੀਆਂ ਜਦੋਂ ਬੰਦਾ ਤੰਦਰੁਸਤ ਘਰੋਂ ਜਾਂਦਾ ਹੈ, ਥੋੜ੍ਹੀ ਬਹੁਤ ਉਹਨੂੰ ਕਸਰ ਹੁੰਦੀ ਹੈ, ਪਰ ਹੋਸਪਿਟਲ ਜਾਂਦੇ ਉਹਦੀ ਕਸਰ ਵੱਧ ਜਾਂਦੀ ਹੈ ਬਜਾਏ ਘਟਣ ਦੇ। ਸੋ ਇਹ ਲੋਕਾਂ ਨੂੰ ਮੈਂ ਤਾਂ ਇਹ ਕਹਿੰਦਾ ਕਿ ਆਪਣਾ ਸਾਡੀ ਜਥੇਬੰਦੀਆਂ ਨੇ ਵੀ ਇਹ ਰਾਏ ਪਾਸ ਕੀਤੀ ਆ ਵੀ ਆਪਣੇ ਘਰ ਬਣਾ ਕੇ ਦਿਸ਼ਾਂਦੇ ਵਗੈਰਾ ਕਾੜੇ ਵਗੈਰਾ ਪੀਓ, ਡਿਸਟੈਂਸ ਬਣਾ ਕੇ ਰੱਖੋ। ਥੋੜ੍ਹਾ ਬਹੁਤ ਠੀਕ ਹੈ, ਬਿਮਾਰੀ ਦਾ ਕੋਈ ਰੌਲਾ ਹੈ, ਮਹਾਂਮਾਰੀ ਵਾਂਗ ਫੈਲੀ ਹੋਈ ਹੈ, ਪਰ ਜਿਹੜਾ ਆਪਣੇ ਕਾਰੋਬਾਰ ਜਿਹੜੇ ਆ ਉਹ ਚਲਾਓ। ਕਿਵੇਂ ਜੇ ਕਾਰੋਬਾਰ ਨਹੀਂ ਚੱਲਣਗੇ ਕਿਵੇਂ ਰੋਜ਼ੀ ਰੋਟੀ ਖਾਣਗੇ ਲੋਕ? ਘੱਟ ਤੋਂ ਘੱਟ ਇੰਨਾ ਹੀ ਕਰ ਦੇਣ ਵੀ ਜਿਹੜੇ ਨਗਰਾਂ ਵਾਲੇ ਨਗਰਾਂ 'ਚ ਆਪਣੀਆਂ ਦੁਕਾਨਾਂ ਖੋ ਰੱਖਣ, ਸ਼ਹਿਰ ਵਾਲੇ ਸ਼ਹਿਰਾਂ 'ਚ ਖੋ ਰੱਖਣ, ਉਹ ਆਪਣਾ ਆਪਣਾ ਰੋਜ਼ੀ ਰੋਟੀ 'ਤੇ ਚਲਾ ਸਕਣ। ਸੋ ਇਸ ਕਰਕੇ ਇਹ ਬਿਲਕੁਲ ਸਰਕਾਰ ਜਿਹੜੀ ਆ ਇਹ ਗਲਤ ਇਹਨਾਂ ਦੇ ਜਿਹੜੇ ਫੈਸਲੇ ਆ, ਔਰ ਉਹਦੇ ਅੰਗੇਜ਼ ਸਾਡਾ ਇਹ ਫੈਸਲਾ ਕਿ 8 ਤਰੀਕ ਨੂੰ ਅਸੀਂ ਬਿਲਕੁਲ ਇਹ ਮੀਟਿੰਗ ਕਰਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਦੇ ਦਿੱਤੀ ਹੈ ਕਿ ਸਾਰੇ ਹੀ ਦੁਕਾਨਦਾਰ ਦੁਕਾਨਾਂ ਖੋਲ੍ਹਣ। ਸੰਯੁਕਤ ਕਿਸਾਨ ਮੋਰਚਾ ਉਹਨਾਂ ਦੇ ਨਾਲ ਹੈ। ਵਿਸ਼ੇਸ਼ ਤੌਰ 'ਤੇ ਮੈਂ ਪੰਜਾਬ ਆਇਆ ਹੋਇਆ ਅਤੇ ਮੇਰੀ ਇਹ ਆਪਣੀ ਪਰਸਨਲ ਮੇਰੀ ਆਪਣੀ ਜਥੇਬੰਦੀ ਵੱਲੋਂ ਵੀ ਹੈ ਵੀ ਜੋ ਗਾਈਡਲਾਈਨ ਸਾਡੇ ਵੱਲੋਂ ਸੰਯੁਕਤ ਮੋਰਚੇ ਵੱਲੋਂ ਦਿੱਤੀਆਂ ਗਈਆਂ ਜੋ ਉੱਥੇ ਮੀਟਿੰਗ ਦੇ ਵਿੱਚ ਪਾਸ ਹੋ ਗਿਆ ਉਹਨੂੰ ਲਾਗੂ ਕਰਾਵਾਂਗੇ। ਔਰ ਮੈਂ ਇੱਥੇ ਹੀ ਹਾਂ 9 ਤਰੀਕ ਤੱਕ। ਮੈਂ ਆਪਣੇ ਹੁਸ਼ਿਆਰਪੁਰ ਵਾਸੀਆਂ ਨੂੰ ਖਾਸ ਤੌਰ 'ਤੇ ਕਹਿੰਦਾ ਵੀ ਮੈਂ ਹੁਸ਼ਿਆਰਪੁਰ ਬੈਠਾ, ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਦੁਕਾਨਾਂ ਖੋਲ੍ਹੋ, ਜੇ ਪ੍ਰਸ਼ਾਸਨ ਤੁਹਾਨੂੰ ਤੰਗ ਕਰਦਾ ਤਾਂ ਪ੍ਰਸ਼ਾਸਨ ਨਾਲ ਫਿਰ ਨਜਿੱਠਾਂਗੇ ਇਕੱਠੇ ਹੋ ਕੇ, ਕੋਈ ਐਸੀ ਗੱਲ। ਦੀਪ ਸਿੱਧੂ ਬਾਹਰ ਆ ਗਿਆ, ਜੇ ਹੁਣ ਉਹ ਤੁਹਾਡੇ ਤੱਕ ਪਹੁੰਚ ਕਰਦਾ ਤਾਂ ਕਿ ਸੰਯੁਕਤ ਕਿਸਾਨ ਮੋਰਚਾ ਉਹਦੇ ਨਾਲ ਚੱਲਣ ਲਈ ਤਿਆਰ? ਦੇਖੋ ਇਹਦੇ ਬਾਰੇ ਫੈਸਲਾ ਸੰਯੁਕਤ ਕਿਸਾਨ ਮੋਰਚੇ ਨੇ ਲੈਣਾ। ਇਹ ਜ਼ਰੂਰ ਹੈ ਕਿ ਮੈਂ ਮੇਰੀਆਂ ਤੁਸੀਂ ਵਾਈਟਸ ਕਢਾ ਕੇ ਦੇਖ ਲਿਓ, ਮੈਂ ਸ਼ੁਰੂ ਤੋਂ ਇਸ ਗੱਲ ਦਾ ਹਮਾਇਤੀ ਰਿਹਾ ਕਿ ਜਿਹੜੇ ਪੰਜਾਬ ਦਾ ਇੱਕ ਇੱਕ ਸ਼ਖਸ ਹੈ, ਇੱਕ ਇੱਕ ਜੀ ਹੈ, ਇੱਕ ਇੱਕ ਕਿਸਾਨ, ਇੱਕ ਇੱਕ ਨੌਜਵਾਨ ਹੈ ਜਿਹਨੇ 4 ਕਦਮ ਵੀ ਇਸ ਅੰਦੋਲਨ ਦੇ ਵਿੱਚ ਚੱਲ ਕੇ ਗਿਆ, ਉਹਦੇ ਅਸੀਂ ਰਿਣੀ ਹਾਂ। ਸੋ ਕੋਈ ਗੱਲ ਨਹੀਂ, ਦੀਪ ਸਿੱਧੂ ਵੀ ਸਾਡਾ ਪੰਜਾਬੀ ਪੁੱਤਰ ਹੈ, ਜੇ ਉਹ ਅੰਦੋਲਨ ਦੇ ਵਿੱਚ ਜਾਣਾ ਚਾਹੁੰਦਾ, ਮੈਂ ਤਾਂ ਕਿਹਾ ਸੀ ਉਹ ਆਪਣੇ ਅੱਗੇ ਵੀ ਉਹਦਾ ਉਰੇ ਇੱਕ ਟੈਂਟ ਲੱਗਾਇਆ ਹੁੰਦਾ ਸੀ, ਉਹਦੇ ਵਿੱਚ ਬੈਠਾ ਹੁੰਦਾ ਸੀ, ਉਹ ਕੰਮ ਕਰਦਾ। ਸੋ ਕੰਮ ਕਰੇ ਅਤੇ ਬਾਕੀ ਆਪਣੀ ਉਹ ਗੱਲ ਰੱਖੇ ਸੰਯੁਕਤ ਕਿਸਾਨ ਮੋਰਚੇ 'ਚ, ਜੋ ਸੰਯੁਕਤ ਕਿਸਾਨ ਮੋਰਚਾ ਫੈਸਲਾ ਲਏਗਾ ਮੈਂ ਜ਼ਰੂਰ ਕਹਾਂਗਾ ਸੰਯੁਕਤ ਕਿਸਾਨ ਮੋਰਚੇ 'ਚ ਵੀ ਭਾਈ ਆਪਾਂ ਨੂੰ ਇੱਕ ਇੱਕ ਬੱਚੇ ਨੂੰ ਇੱਕ ਇੱਕ ਨੌਜਵਾਨ ਨੂੰ ਨਾਲ ਲੈਣਾ ਚਾਹੀਦਾ। ਬਿਊਰੋ ਰਿਪੋਰਟ ਦਿੱਤੀ ਵਿਆਨਰਾਏ। ਕਾਂਗਰਸੀਆਂ ਦਾ ਮੁੱਖ ਕੰਮ ਤਾਂ ਸ਼ਰਾਬ ਦਾ ਹੈ, ਸਰਕਾਰ ਤਾਂ ਇਹ ਪਾਰਟ ਟਾਈਮ ਚਲਾ ਰਹੀ ਹੈ।
इस करके शराब के कारोबार को पहल दी जा रही है। जी हाँ, अजिहा कहना है अकाली दल के मुख बुलारे डॉक्टर दलजीत सिंह चीमा का। दरअसल पंजाब सरकार वालों जो लॉकडाउन के नियमों में फेरबदल करते हुए शराब के ठेकों जरूरी सेवावान शामिल किया गया है और उत्थे ही शराब के ठेकों खोलन की इजाजत दी गई है। उसनों लैके रोपड़ पहुंचे डॉक्टर दलजीत सिंह चीमा ने यह जवाब दिता। होर उन्होंने की कहा, आओ जानते हैं। मास्क के उत्ते जोर दो, ठीक है सर। उदा कोई भीड़ बिना मतलब तो कट्ठी ना हो, कोई समागम ना करे, कोई सैलीब्रेशन ना करे, उसके सारे असं सहमत। पर आ नहीं होना चाहिए कि एक दुकान बंद है, एक खुली है, इन्ने बजे खुलेगी, इन्ने बजे बंद करेगी। इनिया पाबंदियां नहीं, टुकन रोटी कमाउन दो, क्योंकि आमदन के साधन खत्म हो गए। क्योंकि काफ़ी व्डा रैकेट जोड़ा हरियाणे के हजारों की गिनती से रेमडेसिविर इंजैक्शन जल्दी बेचता से, वो ऑलरेडी हरियाणा पुलिस ने फड़िया। तो बेबी उदिया तारा इतने भी टुटिया हो, क्योंकि जो यह चीज़ सुटी जाती है नहर के कुदरती होंगे कि कोई सबूत मिटाने की कोशिश कर रहा होना। कांग्रेसियों का मुख काम तो शराब का है, सरकार तो यह पार्ट टाइम काम चला रही है, इस करके शराब के कारोबार को पहल दी जा रही है। यह कहना है अकाली दल के मुख बुलारे डॉक्टर दलजीत सिंह चीमा का। दरअसल पंजाब सरकार दे वल्लों जो लॉकडाउन के नियमों में फेरबदल करते हुए शराब के ठेकों जरूरी सेवावान शामिल करते हुए खोलन की इजाजत दे दी गई है, उसनों लैके मीडिया वालों रोपड़ पहुंचे डॉक्टर दलजीत सिंह चीमा जदों यह सवाल किया गया तो उन्होंने यह जवाब दिता। इस तो इलावा डॉक्टर दलजीत सिंह चीमा ने होर की कहा, आओ जानते हैं। देखो गल बड़ी साड़ी बदकिस्मती है कि जिहड़े फैसले ले जा रहे कोविड की आड़ दे विच वो जमीनी हकीकतां नूं बिना समझ ले जा, जिथे फैसले होंदे उन्हां नूं बिल्कुल नहीं अंदाजा कि इत्थे थल्ले रोपड़ दे विच की हो रहा, नूरपुर बेदी च की हो रहा, नंगल दे विच की हो रहा, बड़ाचौर दे विच की हो रहा। कोई दिक्कत नहीं, सिर्फ दिक्कत है तो इन्हां दे रोज जिहड़े नित नवे ऑर्डर होंदे उहदी दिक्कत। कोई भी लोग इन्ने समझदार हो गए कि बिना गल तो बाहर नहीं निकलते, बड़ी मजबूरी होंगी है तो लोग घरों बाहर निकलते हैं, नहीं तो सारे लोग आप जोड़े है इन्ना देखो मौत का इस वे साया जोड़ा वो थले लोग जी होंगे पे और कि दिल जाता कि जाके सड़कों पर भंगड़े पाए। पर जिस तरीके जड़िया रोज पाबंदियां आपने रोटी खानी है, रोटी कितों खाने लोग जो सरकार ये कहे ना कि इन्ने घंटे बंद है तो वो पैसे आ लो, फिर जो लोग को बाहर आकर प्रोटेस्ट कर तो लोग झूठे। पर जो तुम देना कख नहीं, अगर तुम दो ढाई महीने लोगों अंदर वार छड़िया, सारी इकोनमी खत्म हो गई, तो फिर तुम कभी दो घंटे पहला कभी दो घंटे बाद, एकदम लोगों को तो यही समस्या लगती कि तुम तुरे जाते हो। हूँ तो चुटकले बन लग गए कि बंदा कहता मैं बाथरूम गया सी ते आके बाहर पुछता भी कोई नवी हदायत तो नहीं आई इन बिटवीन कि इन्ने टाइम के कोई टीवी से शायद हदायत चेंज हो गई हूँ, ये मजाक बने हुए। ये सिर्फ है कि इन्हों का अपना जोड़ा है आत्म विश्वास नहीं रहा, सैल्फ कॉन्फिडेंस नहीं रहा एडमिनिस्ट्रेशन के, इस करके जिम्मे को सलाह दिता उम्मीद आउटर हो जाता। हूँ दो बंदे कर दी भी गड्डी नहीं जाएंगे, हम दसो जो किसी टैक्सी करके जाना हसबेंड वाइफ है तो हसबेंड वक्री टैक्सी करके जाए तो वाइफ वक्री टैक्सी करके जाओ, नहीं तो तीन हो जाएंगे। हूँ मरीज लैके जाना अद्धी राती मुसीबत पै गई है कि किसी को सह नहीं आ रहा तो फटाफट घर के दो तीन जी भज के लैके चलते हैं बेचारे, तो कोई गड्डी चला कोई उन्होंने संभाल कोई पानी पिंदा, तो यहोजी हालत के अगर रस्ते जाके जलील हो गए भी तुम दो नहीं तीन चढ़े हुए चार चढ़े हुए। क्यों क्यों मास्क के उत्ते जोर दो, ठीक है सर। उदा कोई भीड़ बिना मतलब तो कट्ठी ना हो, कोई समागम ना करे, कोई सैलीब्रेशन ना करे, उसते सारे असं सहमत। पर आ नहीं होना चाहिए कि एक दुकान बंद है, एक खुली है, इन्ने बजे खुलेगी, इन्ने बजे बंद करेगी। इन्नी पाबंदियां नहीं, टुकन रोटी कमाउन दो, क्योंकि आमदन के साधन खत्म हो गए। घर हर घर कोई ना कोई बीमार पिया, बीमारियों के खर्चे बढ़ गए, दवाइया के खर्चे बढ़ गए, बाकी महंगाई बहुत हो गई है, तो इसलिए टैक्स भी रोज नवे लाई जाते। इस करके लोगों की जमीनी हकीकतों समझना चाहिए कि गरीब बंदा रोटी कितों खाए। चीमा साहब, स्कूल बंद, खेड स्पोर्ट्स अकैडमियां बंद, जिम बंद, परंतु जरूरी सेवावान ठेके शामिल कर दिए गए, कैसे? देखो 100% सरकार की ठेकों इन्नी प्रायोरिटी देनी गलत है, पर इस सरकार का टेस्ट ही है कि जे लॉकडाउन लगे सी तो उदों भी सारी सरकार ठेकों की मेहरबान हुई, तो हुण भी होर जो मर्जी बंद हो जाए, हस्पताल भावें बंद हो जाए ठेका खुला रहना चाहिए। ये तो जो हस्पताल भी बंद करने की लोड़ पी तो कर देंगे, ठेका नहीं खुल बंद हो जाए। देखो प्रायोरिटी गलत है,
क्योंकि सरकार का ध्यान सेवा वाले पासे तो है नहीं, बिजनेस वाले पासे ध्यान, फर्स्ट प्रायोरिटी इन्हें बिजनेस है कि लॉकडाउन लगता तो भी दो नंबर चला कटती है तो जाती कितने आगे पता ही 5600 करोड़ का रौला चीफ सैकटरी ने पाया सी तो किसी ने बाद दोबारा तो नहीं कद खोली। 3 साल तो जी कोई भी जी है जी बोली नहीं कर रहे, कोई भी पर्चियां नहीं पा रहे, वही पुराने बंदे दिंदे आ रहे, की कारण की है पिछले किमें देखते शराब के ठेके और उही बंद पुराने दिते जा रहे लगातार। देखो मैं कह रहा ना कि इस तो वड्डी की गल हुंदी है कि कैबिनेट के चीफ सैकटरी ने शरिया मंत्रियों के मूँह उत्ते कहा कि तुहाडी सारी ठेकियां दी जिहड़ी पैसा सी एक्साइज का वो चोरी हो रही है, 5600 करोड़ का रेवन्यू लॉस हो गया और उन्हें कहा कि तुहाडे लीडर जिहड़े है ये शराब नजायज पकाउंदे। हुण मैं एलीगेशन लावां तो तुसीं कह सकते हो कोई होर कह सकता शायद पोलीटिकल हो, हुण चीफ सैकटरी सीगा सूबे का सारे सरकार की कोई इनफॉर्मेशन सी तो तुसीं उदों रौला पा के उत्ते एलीगेशन लाइया, बाद चों हाथ जोड़ के उतों जिहड़ा चीफ सैकटरी तो हटा के तो चुप करके चेयरमैन लाता, चेयरमैन लाने की लोड़ क्यों पई, क्योंकि कितने फिर ना गल दोबारा करे, यही गल सी ना। जे वो गलत सी तो तुसीं उहदी गल दी इनक्वायरी करदे, उहनूं सज़ा दिंदे, पर चुप करके चेयरमैन लाउणा पिया ना बाद च। इत्थे तुसीं हिसाब ला लो कि किन्ने गूढ़े संबंध है ठेकियां दे ते शराब दे ते रेता दे ते सरकार दे। अगे परचियां पैंदे सी करोड़ां रुपए जिहड़ा सरकार नूं मालिया इकट्ठा हुंदा सी ते हुण जिहड़ा हैगा बिना परची कट्टे ते उहनां नूं पुराणियां नूं जिहड़ा हैगा कुछ परसेंट वाधा करके दित्ते जा रहे, की लगदा कि खास चहेते है सरकार दे कोई? मैं तां कहिंदा वी 100% चहेते है, तां हुण कह गिया सारा अपने कारोबार है बहुते, तो मंत्रियों के कारोबार ने शराब के दूजे तो ता हूँ ना कि बहरला हो आप भी तो बहुत शराब के कारोबार ने, इस करके उन्होंने फर्स्ट प्रायोरिटी हमेशा ठेका होंगी, मुख्य काम इन्हों का शराब का ही है, सरकार तो पार्ट टाइम चला रहे। रूपनगर तो सज्जन सिंह सैनी की रिपोर्ट के नाल दी टीवी NRI। रुक करते हैं अगली खबर वालों, जलंधर के काला सिंगा रोड से स्थित संत नगर च एक घर नूं अग लग गई। दरअसल जदों घर नूं अग लगी उस वेले कोई भी घर दे विच मौजूद नहीं सी, फिलहाल पुलिस वालों अग लगन के कारणों का पता लगाया जा रहा है। जलंधर च एक घर दे विच उस समय अग लग गई जदों घर वाले किते बाहर गए हुए सन। जी हाँ, जलंधर दे काला सिंगा रोड ते स्थित संत नगर दे एक खाली घर दे विच अग लग गई। आस पास रहिंदे लोकां दे वल्लों अग लगन की सूचना पुलिस नूं दित्ती गई अते पुलिस दे वल्लों मौके ते पहुंच के दमकल विभाग नूं सूचना दित्ती गई। फायर ब्रिगेड दीआं गड्डियां मौके ते पहुंचियां अते अग ते काबू पाया गया। पुलिस का कहना है कि जिस समय घर दे विच अग लगी उस समय घर दे विच कोई भी मौजूद नहीं सी, अते अग किस तरह लगी इस दी जांच कीती जा रही है। आओ जानते हैं इस बारे जानकारी दिंदे हां पुलिस अधिकारी दा की कहना है। अरे की मामला की है? किन्ने को नुकसान होया जी? घर दे है, मकान मकान है नहीं जी, समराला विखे समूह दुकानदारा ने एकता का सबूत देंदे हुए थाने बाहर धरना दिता। सैकड़े की गिनती च इकट्ठे हुए दुकानदारा ने पुलिस वालों धक्केशाही खिलाफ नारेबाजी करदिया गिरफ्तारियां देने का भी ऐलान किया। ਪੰਜਾਬ ਸਰਕਾਰ ਦੇ ਮਿੰਨੀ ਲੌਕਡਾਊਨ ਦਾ ਵਿਰੋਧ ਦਿਨੋ ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਲੌਕਡਾਊਨ ਦੇ ਵਿਰੋਧ 'ਚ ਸਮਰਾਲਾ ਵਿਖੇ ਸਮੂਹ ਦੁਕਾਨਦਾਰਾਂ ਨੇ ਏਕਤਾ ਦਾ ਸਬੂਤ ਦਿੰਦੇ ਹੋਏ ਥਾਣੇ ਬਾਹਰ ਧਰਨਾ ਦਿੱਤਾ। ਸੈਂਕੜੇ ਦੀ ਗਿਣਤੀ 'ਚ ਇਕੱਠੇ ਹੋਏ ਦੁਕਾਨਦਾਰਾਂ ਨੇ ਪੁਲਿਸ ਵੱਲੋਂ ਧੱਕੇਸ਼ਾਹੀ ਖਿਲਾਫ ਨਾਅਰੇਬਾਜ਼ੀ ਕਰਦਿਆਂ ਗ੍ਰਿਫਤਾਰੀਆਂ ਦੇਣ ਦਾ ਵੀ ਐਲਾਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਲੁਧਿਆਣਾ ਚੰਡੀਗੜ੍ਹ ਹਾਈਵੇ ਉੱਪਰ ਧਰਨਾ ਲਾ ਕੇ ਆਵਾਜਾਈ ਵੀ ਜਾਮ ਕਰ ਦਿੱਤੀ। ਆਓ ਜਾਣਦੇ ਹਾਂ ਇਸ ਮੌਕੇ ਪਰਮਜੀਤ ਸਿੰਘ ਢਿੱਲੋਂ ਜੋ ਕਿ ਇੱਕ ਸਮਾਜ ਸੇਵਕ ਨੇ ਉਹਨਾਂ ਦਾ ਕੀ ਕਹਿਣਾ ਹੈ। ਦੇਖੋ ਇਹ ਜਿਹੜਾ ਸਰਕਾਰ ਪ੍ਰਸ਼ਾਸਨ ਨੇ ਕੱਲ੍ਹ ਧੱਕਾ ਕੀਤਾ, ਪਰਸੋਂ ਪਰਚੇ ਕੀਤੇ ਗਏ ਨੇ, ਇਹ ਦੁਕਾਨਦਾਰਾਂ ਦੀ ਆਵਾਜ਼ ਬੁਲੰਦ ਕਰਨ ਲਈ ਸਾਰੇ ਇਕੱਠੇ ਹੋਏ ਸੀ। ਹੁਣ ਵੀ ਅਸੀਂ ਸਾਰੇ ਇੱਥੇ ਹਾਂ ਅਤੇ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਆ ਵੀ ਸਾਡਾ ਸਾਰਾ ਦੁਕਾਨਦਾਰ ਭਾਈਚਾਰਾ ਵੀ ਸਾਡੇ ਨਾਲ ਆ, ਵਕੀਲ ਭਾਈਚਾਰਾ ਵੀ ਨਾਲ ਆ,
क्योंकि ये सारे समझते हैं भी सरेआम धक्का आ। जे एक बंदा मेहनत करके अपनी रोटी कमानी चाहता वह यह मतलब नहीं भी तुम उन्होंने परचे दर्ज करो, उन्होंने कोई ढंग तरीका दसो भी किस तरीके वो भी अपनी दुकानदारी चला सकन। ये बहुत ही निंदा योग कदम आ पंजाब सरकार का, मैं कहूँगा तो इत्थे दे समराला दे प्रशासन का, जिन्हें कि एक गिनी मिती साजिश तहत बंदिया नू टारगेट करके परचे किए गए ने। तुसी मेरे पत्रकार भीर सारे उदों उत्थे ही मौजूद सी, जे क्लिपा देखिया जाण तां बहुत सारे अजिहे वीर ने जिहड़े अज भी सरकार दे पिट्ठू बन के काम करते हैं, उन्होंने परचे नहीं दर्ज किए गए, पर केवल वह बंदियां दे जिहड़े आवाज़ बुलंद करते हैं जां वह दुकानदार जिहड़े बेचारे अपनी मेहनत करते हैं उन्होंने परचे दर्ज किए गए। ਉਥੇ ਸਾਬਕਾ ਵਿਧਾਇਕ ਜਗਜੀਵਨ ਪਾਲ ਸਿੰਘ ਖਿਰਨੀਆਂ ਦਾ ਕੀ ਕਹਿਣਾ ਹੈ, ਇਹ ਵੀ ਜ਼ਰਾ ਸੁਣੋ। ਬੜੇ ਔਖੇ ਹੋ ਗਏ ਨੇ, ਕਿਉਂਕਿ ਜਦੋਂ ਪਿੰਡੋਂ ਦੇ ਵਿੱਚੋਂ ਕੋਈ ਕਿਸਾਨ ਭਰਾ, ਕੋਈ ਮਜ਼ਦੂਰ ਭਰਾ, ਕੋਈ ਗਾਹਕ ਆਉਂਦਾ ਬਾਜ਼ਾਰ ਦੇ ਵਿੱਚ, ਤਾਂ ਉਹਨੇ ਕੱਪੜਾ ਵੀ ਲੈਣਾ, ਉਹਨੇ ਦਵਾਈ ਵੀ ਲੈਣੀ ਹੈ, ਉਹਨੇ ਸਬਜ਼ੀ ਵੀ ਲੈਣੀ ਹੈ, ਉਹਨੇ ਕਿਰਾਨਾ ਵੀ ਲੈਣਾ, ਹੋਰ ਸਾਜੋ ਸਮਾਨ ਵੀ ਲੈਣਾ ਹੁੰਦਾ। ਇਹ ਨਹੀਂ ਹੈਗਾ ਕਿ ਅੱਜ ਚੱਲ ਜਾਵੇ ਦੂਜੀ ਚੀਜ਼ ਮਿਲੇ ਹੀ ਨਾ। ਸੋ ਸਾਰੇ ਦੁਕਾਨਦਾਰਾਂ ਨੇ ਬੇਨਤੀ ਕੀਤੀ ਤਾਂ ਜਾਂ ਤਾਂ ਟੋਟਲ ਲੌਕਡਾਊਨ ਲਾ ਦਿਓ, ਜਾਂ ਕੁਝ ਸਮਾਂ ਦੇ ਦਿਓ ਕਿ 8 ਵਜੇ ਤੋਂ ਲੈ ਕੇ 1 ਵਜੇ ਤੱਕ ਦੁਕਾਨਾਂ ਖੁੱਲ੍ਹਣਗੀਆਂ, ਉਹ ਤੋਂ ਬਾਅਦ ਸਾਰੇ ਵਧਾ ਕੇ ਆਪਣੇ ਘਰਾਂ ਚੱਲ ਜਾਣ। ਸੋ ਉਸ ਤੋਂ ਬਾਅਦ ਆਪਾਂ ਨੂੰ ਪਤਾ ਕਿ ਤੁਸੀਂ ਉੱਥੇ ਸਾਰੇ ਮੌਜੂਦ ਸੀ, ਜਿਹੜਾ ਇੱਥੋਂ ਆਪਣਾ ਸਬ ਡਿਵੀਜ਼ਨ ਪ੍ਰਸ਼ਾਸਨ ਸੀ ਜਿਹੜਾ, ਉਹ ਸਾਰੇ ਉੱਥੇ ਸਾਡੇ ਕੋਲ ਆਏ ਸੀ, ਮਜਿਸਟਰੇਟ ਸਾਹਿਬਾਨ ਸਾਰੇ। ਉਹਨਾਂ ਨੇ ਆਖਿਆ ਕਿ ਤੁਸੀਂ ਧਰਨਾ ਚੱਕ ਦਿਓ, ਅਸੀਂ ਤੁਹਾਡੇ ਨਾਲ ਹਾਂ, ਜਿਹੜਾ ਤੁਸੀਂ ਮੈਮੋਰੈਂਡਮ ਦੇਣਾ ਚਾਹੁੰਦੇ ਹੋ ਕੋਈ ਉਹ ਤੁਸੀਂ ਸਾਨੂੰ ਦੇ ਦਿਓ, ਅਸੀਂ ਤੁਹਾਡਾ ਸਰਕਾਰ ਤੱਕ ਪਹੁੰਚਦਾ ਕਰ ਦਾਂਗੇ। ਔਰ ਅਸੀਂ ਸਾਰਿਆਂ ਨੇ ਉਹਨਾਂ ਦੀ ਬੇਨਤੀ ਨੂੰ ਮੰਨਦੇ ਹਾਂ, ਅਸੀਂ ਧਰਨਾ ਵੀ ਚੱਕ ਦਿੱਤਾ, ਮੈਮੋਰੈਂਡਮ ਦੇ ਦਿੱਤਾ। ਉਸ ਤੋਂ ਬਾਅਦ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ 20 ਬੰਦਿਆਂ ਦੇ ਉੱਤੇ ਪਰਚਾ ਦਰਜ ਕਰ ਦਿੱਤਾ, ਜਿਹਦੇ 'ਚ ਮੈਂ ਵੀ ਮੌਜੂਦ ਸੀ, ਮੇਰੇ 'ਤੇ ਵੀ ਪਰਚਾ ਦਰਜ ਕੀਤਾ ਗਿਆ, ਔਰ 30-40 ਅਣਪਛਾਤੇ ਜਿਹੜੇ ਸਾਡੇ ਦੁਕਾਨਦਾਰ ਭਰਾ ਸੀ ਉਹਨਾਂ 'ਤੇ ਵੀ ਪਰਚਾ ਦਰਜ ਕੀਤਾ ਗਿਆ। ਸੋ ਮੈਂ ਸਮਝਦਾ ਕਿ ਬੜਾ ਇਹ ਧੱਕੇ ਵਾਲੀ ਗੱਲ ਆ, ਕਿਉਂਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰਚੇ ਦਰਜ ਕਰਤੇ, ਕਿਉਂਕਿ ਉਹ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਆ ਸਰਦਾਰ ਅਮਰੀਕ ਸਿੰਘ ਢਿੱਲੋਂ ਦੇ ਘਰੇ ਗਿਆ, ਉਹਨਾਂ ਨੇ ਕਹਿਤਾ ਵੀ ਆਹ ਲਿਸਟ ਆ ਜੀ, ਉੱਥੇ ਬੈਠ ਕੇ ਵੀ ਕਟਾਈ ਗਈ ਨਹੀਂ, ਆਹ ਨਹੀਂ, ਆਹ ਜਿਹੜਾ ਅਕਾਲੀ ਦਲ ਦਾ ਬੰਦਾ, ਆਮ ਆਦਮੀ ਪਾਰਟੀ ਦਾ ਬੰਦਾ, ਆਹ ਬਹੁਜਨ ਸਮਾਜ ਪਾਰਟੀ ਦਾ ਬੰਦਾ, ਆਹ ਭਾਰਤੀ ਕਿਸਾਨ ਜੁਨੀ, ਇਹਨਾਂ ਦੇ ਸਾਰਿਆਂ ਦੇ ਉੱਤੇ ਪਰਚਾ, ਆਹ ਦੁਕਾਨਦਾਰ ਜਿਹੜੇ ਮੂਹਰੇ ਹੋ ਕੇ ਇਹ ਆਵਾਜ਼ ਲੋਕਾਂ ਦੀ ਚੱਕਦੇ ਨੇ, ਉਹਨਾਂ 'ਤੇ ਪਰਚੇ ਦਰਜ ਕਰ ਦਿੱਤੇ। ਤੂੰ ਤੁਹਾਡੇ, ਮੈਂ ਸਮਝਦਾ ਕਿ ਤੁਹਾਡੇ ਇਸ ਚੈਨਲ ਦੇ ਉੱਤੇ ਹੀ ਕਾਂਗਰਸੀ, ਮੈਂ ਕੌਂਸਲਰ, ਤੁਹਾਡੇ ਕੋਲ ਵੀਡੀਓ ਵੀ ਹੈ, ਮੇਰੇ ਕੋਲ ਵੀ ਵੀਡੀਓ ਆ, ਉਹਦੇ ਵਿੱਚ SHO ਸਾਹਿਬ ਅਤੇ ਉਹਦੇ ਨਾਲ ਕੌਂਸਲਰ ਕੁਝ ਖੜ੍ਹੇ ਸੀ ਕਾਂਗਰਸ ਦੇ, ਉਹ ਵੀ ਵਿੱਚ ਮੌਜੂਦ ਸੀ, ਲੇਕਿਨ ਉਹਨਾਂ 'ਤੇ ਪਰਚਾ ਨਹੀਂ ਦਰਜ ਹੋਇਆ। ਸਾਨੂੰ ਇਹ ਨਹੀਂ ਵੀ ਉਹਨਾਂ 'ਤੇ ਕਿਉਂ ਨਹੀਂ ਹੋਇਆ, ਮੈਂ ਸਮਝਦਾ ਕਿ ਤੁਸੀਂ ਧੱਕਾ ਕੀਤਾ, ਕੋਈ ਗੱਲ ਨਹੀਂ, ਲੇਕਿਨ ਅੱਜ ਅਸੀਂ ਬੰਦ ਦੀ ਕਾਲ ਦਿੱਤਾ ਵਜੇ ਤੱਕ ਦੁਕਾਨਦਾਰ ਭਰਾ, ਸਮੁੱਚਾ ਦੁਕਾਨਦਾਰ ਭਾਈਚਾਰਾ ਸਾਡੇ ਨਾਲ ਅੱਜ ਤੁਰ ਕੇ ਥਾਣੇ ਦੇ ਮੂਹਰੇ ਅਸੀਂ ਧਰਨਾ ਦੇ ਰਹੇ ਹਾਂ। ਅਸੀਂ ਗ੍ਰਿਫਤਾਰੀ ਦੇਣ ਦੇ ਲਈ, ਇਹ ਨਾ ਕਰੇ ਵੀ ਕੱਲ੍ਹ ਨੂੰ ਸਾਨੂੰ ਪੁਲਿਸ ਗ੍ਰਿਫਤਾਰ ਲਈ, ਅਸੀਂ ਆਪ ਖੁਦ ਆਏ ਹਾਂ ਵੀ ਅਸੀਂ ਆਪ ਵੀ ਗ੍ਰਿਫਤਾਰੀ ਦੇਵਾਂਗੇ, ਸਾਡੇ ਦੁਕਾਨਦਾਰ ਭਰਾ ਵੀ ਗ੍ਰਿਫਤਾਰੀ ਦੇਣਗੇ, ਅਤੇ 30 ਬੰਦੇ ਨਹੀਂ, 100-150-200 ਬੰਦਾ ਆਇਆ ਗ੍ਰਿਫਤਾਰੀ ਦੇਣ, ਨਾਲੇ ਚਾਬੀਆਂ ਲੈ ਕੇ ਆਏ ਨੇ ਵੀ ਪੁਲਿਸ ਪ੍ਰਸ਼ਾਸਨ ਆ ਜਿਹੜਾ ਪ੍ਰਸ਼ਾਸਨ, ਸਾਡੀਆਂ ਦੁਕਾਨਾਂ ਉਹ ਬੰਦ ਪਈਆਂ, ਇਹਨਾਂ ਨੂੰ ਖੋਲ੍ਹ ਕੇ ਭਾਈ ਚਲਾ ਸਕਦਾ। ਉੱਥੇ ਥਾਣਾ ਮੁਖੀ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਸਿਆਸੀ ਮਾਮਲਾ ਬਣਾਇਆ ਜਾ ਰਿਹਾ ਹੈ, 4 ਮਈ ਨੂੰ ਭੀੜ ਕਰਕੇ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ, ਤਾਂ ਜਿਨ੍ਹਾਂ ਨੇ ਧਰਨਾ ਲਗਾਇਆ ਉਹਨਾਂ ਦੇ ਖਿਲਾਫ਼ ਹੀ ਮੁਕੱਦਮਾ ਦਰਜ ਕੀਤਾ ਗਿਆ, ਅਤੇ ਉਹਨਾਂ ਕਿਹਾ ਕਿ ਕਿਸੇ ਦੇ ਨਾਲ ਕੋਈ ਵੀ ਵਿਤਕਰਾ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਹੋਰ ਉਹਨਾਂ ਕੀ ਕਿਹਾ, ਆਓ ਜਾਣਦੇ ਹਾਂ। ਇਹ ਮਾਮਲਾ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਜਿਹੜੇ ਅਹੁਦੇਦਾਰ ਨੇ ਉਹ ਇੱਥੇ ਆਏ ਨੇ, ਇਹਨਾਂ ਨੇ 2-3 ਦਿਨ ਪਹਿਲਾਂ ਬਾਜ਼ਾਰ ਦੇ ਵਿੱਚ ਕੋਵਿਡ-19 ਦੀਆਂ ਜਿਹੜੀਆਂ ਇੰਸਟਰਕਸ਼ਨ ਆਈਆਂ ਸੀ ਪੰਜਾਬ ਸਰਕਾਰ ਵੱਲੋਂ, ਉਹਦੀ ਵਾਇਲੇਸ਼ਨ ਦੇ ਵਿੱਚ ਇਹਨਾਂ ਨੇ ਡੱਬੀ ਬਾਜ਼ਾਰ ਕੋਲ ਧਰਨਾ ਲਾਤਾ ਸੀ, ਜੋ ਕਿ ਇਹਨਾਂ ਦਾ ਉਹ ਧਰਨਾ ਬਿਲਕੁਲ ਗੈਰ ਕਾਨੂੰਨੀ ਸੀ। ਇਹਨਾਂ ਨੂੰ ਸਮਝਾਇਆ ਗਿਆ ਸੀ ਵੀ ਜੇਕਰ ਤੁਹਾਡਾ ਕੋਈ ਰੋਸ ਆ, ਕੋਈ ਆਪਦਾ ਮੈਮੋਰੈਂਡਮ ਦੇਣਾ, ਤਾਂ ਜਾ ਕੇ ਤਹਿਸੀਲਦਾਰ SDM ਸਾਹਿਬ ਨੂੰ ਦੇਵੋ ਕਿ ਉਹ ਅੱਗੇ ਫਾਰਵਰਡ ਕਰਨਗੇ, ਅੱਗੇ ਜਿਹੋ ਜਿਹਾ ਵੀ ਫੈਸਲਾ ਸਰਕਾਰ ਨੇ ਲੈਣਾ ਉਹਦੇ ਮੁਤਾਬਕ ਹੀ ਕਾਰਵਾਈ ਕੀਤੀ ਜਾਣੀ। ਔਰ ਉਹਦੇ ਵਿੱਚ ਬੜਾ ਵਧੀਆ ਲਿਖਿਆ ਹੈ ਵੀ ਜੇਕਰ ਕੋਈ ਵੀ ਬੰਦਾ ਇਸ ਇੰਸਟਰਕਸ਼ਨਸ ਦੀ ਵਾਇਲੇਸ਼ਨ ਕਰੂਗਾ ਤਾਂ ਉਹਦੇ ਖਿਲਾਫ਼ 188 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਦੇ ਅਧੀਨ ਕਾਰਵਾਈ ਹੋਊਗੀ। ਉਹ ਜਿਹੜਾ ਬੰਦਾ ਸੀ, ਇਹਨਾਂ ਨੂੰ ਜਿਹੜਾ ਸਾਡੇ ਵੱਲੋਂ ਸਮਝਾਉਣ ਦੀ ਗੱਲ ਸੀ, ਅਸੀਂ ਸਮਝਾਤੀ, ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਧਰਨਾ ਲਾਇਆ ਉਹਦੇ ਮੁਤਾਬਕ ਜਿਹੜੀ ਸਾਡੀ ਕਾਰਵਾਈ ਬਣਦੀ ਸੀ ਅਸੀਂ ਉਹ ਕਰਤੀ। ਨਹੀਂ ਨਹੀਂ, ਸਾਡੇ ਵੱਲੋਂ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ ਗਈ। ਜਿਹੜਾ ਇਹ ਧਰਨਾ ਲੱਗਿਆ ਸੀ ਉਹਦੇ ਵਿੱਚ ਜਿਹੜੇ ਜਿਹੜੇ ਵੀ ਬੰਦੇ ਉੱਥੇ ਔਨ ਲਿਸਟ ਹੋਏ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਗਈ ਹੈ। ਉਹਦੇ ਨਾਲ 35-40 ਅਨਨੋਨ ਬੰਦੇ ਵੀ ਨੇ, ਕਈਆਂ ਦੇ ਮਾਸਕ ਲੱਗੇ ਹੋਏ ਸੀ, ਨਹੀਂ ਪਹਿਚਾਣ ਹੋ ਰਹੀ ਸੀ। ਉਹਦੇ ਮੁਤਾਬਕ ਅਸੀਂ ਆਪਣੀ ਵੀਡੀਓਗ੍ਰਾਫੀ ਕਰਾਈ ਹੋਈ ਆ, ਵੀਡੀਓਗ੍ਰਾਫੀ ਨੂੰ ਅੱਗੇ ਅਸੀਂ ਨੈਰੋ ਡਾਊਨ ਕਰ ਲੈਣਾ, ਜਿਹੜਾ ਜਿਹੜਾ ਵੀ ਕੋਈ ਦੋਸ਼ੀ ਹੋਊਗਾ ਉਹਦੇ ਮੁਤਾਬਕ ਅਸੀਂ ਜੋ ਬੰਦੀ ਕਾਰਵਾਈ ਆ ਉਹ ਕਰ ਸਕਦੇ ਹਾਂ। ਜਿਹੜੀ ਇਹਨਾਂ ਦੀਆਂ ਗ੍ਰਿਫਤਾਰੀਆਂ ਨੇ, ਦੇਖੋ ਇਹ ਪੋਲੀਟੀਕਲੀ ਓਰੀਐਂਟਡ ਪ੍ਰੋਸੈਸ ਇਹਨਾਂ ਨੇ ਬਣਾ ਲਈ ਆ, ਜੋ ਕਿ ਬਹੁਤ ਹੀ ਗਲਤ ਗੱਲ ਆ। ਇਹ ਬਿਲਕੁਲ ਕੋਵਿਡ ਦੇ ਵਿੱਚ ਪ੍ਰਸ਼ਾਸਨ ਦਾ ਕੋਈ ਸਾਥ ਨਹੀਂ ਦੇ ਰਿਹਾ। ਮਤਲਬ ਜਿਹੜੀ ਵੀ ਇਹਨਾਂ ਦੀ ਗ੍ਰਿਫਤਾਰੀ ਆ ਉਹ ਅੱਗੇ ਸਾਰੇ ਸੀਨੀਅਰ ਅਫਸਰਾਂ ਦੇ ਨਾਲ
सलाह मशुरा करके उसकी ही प्रोसैस कंप्लीट करा जिमें भी हो। अज जिहड़ा रश किया गया ये उत्ते भी कोई एक्शन लिता जाएगा जी? देखो ये समां बाद च देखते हैं जी, एक्टिव मजिस्ट्रेट जिहड़े साडे कोल आए ने उह की सानूं आर्डर दिंदे ने। समराला तो विपन भारद्वाज की रिपोर्ट के नाल दी टीवी एन राय। श्रोमणी गुरुद्वारा प्रबंधक कमेटी वालों 328 पावन स्वरूपां नूं लैके कई बार सवाल पूछे जा चुके ने, लेकिन उन्होंने वालों कोई भी जवाब ना मिलन के कारण अज श्रोमणी अकाली दल अमृतसर वालों गुरुद्वारा सिख जुडिशियल 328 पावन स्वरूपां के मामले दे विच एक पटीशन दर्ज की गई है, जो कि श्रोमणी अकाली दल अमृतसर के प्रधान सिमरजीत सिंह मान के बेटे के वालों की गई। श्रोमणी गुरुद्वारा प्रबंधक कमेटी वालों 328 पावन स्वरूपां नूं लैके कई बार सवाल पूछे जा चुके हैं, लेकिन उन्होंने वालों कोई भी जवाब ना मिलन के कारण अज श्रोमणी अकाली दल अमृतसर वालों गुरुद्वारा सिख जुडिशन 328 पावन स्वरूपां के मामले में एक पटीशन दर्ज की गई है, जो कि श्रोमणी अकाली दल अमृतसर के प्रधान सिमरजीत सिंह मान के बेटे के वालों की गई है। उन्होंने वालों कहा गया है कि श्रोमणी गुरुद्वारा प्रबंधक कमेटी वालों वार वार 328 स्वरूपों के मामले च पूछा जा रहा है, लेकिन कोई भी जवाब नहीं मिल पा रहा। तो उन्होंने कहा जिस तो बाद अज सानू इसका केस सिख जुडिशन दाखिल करना पाया। तो उन्होंने कहा कि सानू आ सके सानू इतों इंसाफ जरूर मिलेगा। इस मौके जसकरण सिंह कानी सिंह वाला का की कहना है, आओ जानते हैं। सिख गुरद्वारा जुडिशल कमीशन श्री अमृतसर साहब विखे सरदार मान सिंह मान, सरदार हरबीर सिंह जी, अमरीक सिंह नंगल ते वालिया साहब सारी जथेबंदी जई साहब असी आए हैं। असी पिछले दिन ही इत्थे पेश होए सीगे, अज दी साडी डेट पई सी। साडे वकील मन्नन साहब आ, ये क्यों होया कि 1 जून 2015 नूं गुरु ग्रंथ साहब दे सरूप बुरज जवाहर सिंह वाले चोरी कर ले गए। असी धरने लाए, मजारे किते, CBI नूं जांच दित्ती, जस्टिस जोरा सिंह कमिश्न बनिया, सानू इंसाफ नहीं मिलिया। कैप्टन अमरिंदर सिंह ने कहा कि ये बाद जड़ियां पैड़ां है, ये जड़ियां प्रकाश सिंह बादल दे घर वल जांदियां है, पर उन्होंने भी सानू इंसाफ नहीं मिलिया। 9 चलान साढ़े पेश हो गए, 10वें चलान दे विच प्रकाश सिंह बादल ते सारे उहदे विच आउंदे सी। प्रकाश सिंह बादल दे जिहड़े वकील सियार सचीमा ने रल के जिहड़ा जज सी राजवीर श्रीवास्तवा जी, उन्होंने रल के ते दूसरे पासे जिहड़ा गुरदीप सिंह कलेर सी जिन्होंने गोलियां मारियां सी चोर कुत्ती रल के, ते जिहड़ा सरकार दा एडवोकेट जनरल रल के सारिया ने ये जिहड़ी सिट ते जिहड़ी प्रश्न चिन्ह ला दिते। उस तों बाद असी लगातार कह रहे हैं कि ये जिहड़े 328 स्वरूप है वह तो सिखी का धुरा है, वह तो गायब कित्थों होए आ? वह तो श्रोमणी गुरुद्वारा प्रबंधक कमेटी जो गायब होया। पहलां तो आप कहिंदे सरसे वाला लै गया, कोई कहिंदा असी भंडारे वाले ने बेअदबी करती, हुण तां तुसीं आप गायब कीते है। हुण असी लौंगोवाल धरना लाया, उत्थे भी नहीं दस्या। जगीर कौर दे घर अगे धरना लाया, उत्थे भी नहीं दस्या। सानू ये नहीं दसदे साडे गुरु कित्थे है, कौन लै गया, क्यों नहीं दसदे, ते कारण की है? फिर असी आखिरकार करके एक जुडिशियल जिहड़ा कमीशन है उहदे अगे असी अग अज केस सरदार मान सिंह मान जी दी अगवाई दे विच असी जिहड़ा एक केस उत्थे पाया। असी जज साहब नूं पुछणा, जज साहब इहदी पड़ताल करके दसो, क्योंकि जिहड़े प्रकाश सिंह बादल दे लिफाफे चों प्रधान भी निकलदा उहदे लिफाफे चों, ते ज्ञानी हरप्रीत उहदे लिफाफे चों निकलिया, उन्होंने रिपोर्ट प्रकाश सिंह बादल दे हक च ही देती। भावें जुडिशियली कमीशन भी प्रकाश सिंह बादल ने बनाया, पर असीं जज साहब नूं कहिंदे आ वी टेढ़ा ना चलिया जे, कृपा करके सीधा चलिया जे। जे असीं हाई कोर्ट अगे जा सकते हैं, है असीं लड़ाई तां लड़नी है, असीं भाई तुहाडे अगे वी फिर आ जाँगे। असीं सच नूं सच कहना, असीं अड़े रहना, पर इह सानूं इंसाफ दित्ता जावे। ਇਹ ਇਨਸਾਫ ਜੇ ਨਹੀਂ ਮਿਲਿਆ ਜਿੱਥੇ ਅਸੀਂ ਜੁਡੀਸ਼ਲੀ ਅੱਗੇ ਅੱਜ ਮੰਨਣ ਸਾਹਿਬ ਪੇਸ਼ ਹੋ ਕੇ ਆਪਣਾ ਪੱਖ ਰੱਖਣਗੇ, ਲੜਾਈ ਅਸੀਂ ਪੂਰੀ ਲੜਾਂਗੇ। ਭਾਵੇਂ ਅਸੀਂ ਗੁਲਾਮ ਹੈ, ਜੇ ਅਸੀਂ ਗੁਲਾਮ ਹੈ, ਗੁਲਾਮੀ ਦੇ ਬਾਵਜੂਦ ਵੀ ਅਸੀਂ ਲੜ ਰਹੇ ਹਾਂ। ਉੱਥੇ ਇਸ ਬਾਰੇ ਇਮਾਨ ਸਿੰਘ ਮਾਨ ਦਾ ਕੀ ਕਹਿਣਾ ਹੈ, ਇਹ ਵੀ ਜ਼ਰਾ ਸੁਣੋ। ਅੱਜ ਅਸੀਂ ਜੁਡੀਸ਼ਲ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਆਪਣੇ ਵਕੀਲ ਨਾਲ ਜਿਹੜੀ ਤਰੀਕ ਦਿੱਤੀ ਸੀ ਉਹ ਅਟੈਂਡ ਕਰਨੀ ਹੈ। ਅਸੀਂ ਸਮਝਦੇ ਹਾਂ ਕਿ ਜਿੱਥੇ SGPC ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਬਾਰੇ ਆਪ ਕੁਛ ਨਾ ਕੁਛ ਕਰਨਾ ਚਾਹੀਦਾ ਸੀ, ਅੱਜ ਉਹ ਜਿਹੜੀ ਸੰਗਤ ਤੋਂ ਉਹਨਾਂ ਨੇ ਮਤ ਨਹੀਂ ਲਿੱਤੀ, ਜੋ ਬਿਨਾਂ ਚੋਣ ਤੋਂ 10 ਸਾਲ ਲਗਾਤਾਰ ਰਾਜ ਕਰਦੀ ਆ ਰਹੀ ਹੈ, ਉਹ SGPC ਹੁਣ ਬਿਲਕੁਲ ਆਪਣੇ ਗੁਰੂ ਸਾਹਿਬ ਤੋਂ ਵਾਂਝੀ ਹੋ ਕੇ ਅਣਗਹਿਲੀ ਦਿਖਾ ਰਹੀ ਹੈਗੀ ਹੈ। ਥਾਂ ਥਾਂ ਜਾ ਕੇ ਉਹ
पोलिटिकली गुरु साहब का फायदा लेंदे हैं, पर जिथे गुरु साहब के सरूप पाड़े जान, अंग उन्होंने खंडाए जान, गंदे नाले च पाए जान, जिमें बरगाड़ी केस च असी देखिया, जिथे घपले अधीन 328 सरूप उन्होंने आप प्रिंटिंग प्रेस तो कढ़े जान, उत्थे उन्होंने कोई पैरवाई की नहीं हैगी। जिथे उन्होंने टीवी चैनल अपने चलाने सी, उत्थे सुखबीर बादल नू पीटीवी चैनल जे के अपनी गुरबाणी का वो मुल खट रहा हैगा। और ये सारिया चीज़ा ज्यों ज्यों सामने आ रही हैं, आम सिख सधारण सिखा नू उठ के अपने हक हकूक ते पहरा देना पैना है। असी देखिया खेतीबाड़ी मसले दे विच भी आम सधारण जिमीदारां ने उठ के मसले अपने हाथ च लिते हैं, ते मेरा ख्याल समा इहो जिहा भयानक होण दे बावजूद गुरु साहब दे मगर सानू लगना पैना है। भावें उह एक तरीक जिहड़ी बरगाड़ी दी उत्थे आए साल असी करदे हुंदे हैगे हैं, कट्ठ अरदास करदे हुंदे हैं, उत्थे पहुँचना चाहे इत्थे पहुँचना, क्योंकि असी ही गुरु साहब दे नाल खड़े होने चाहिए हैं, संगत नूं खड़ना पैना है। ये तो महंतगिरी च आ गए। देखो जी, अज कोर्ट का कोरम पूरा नहीं सी हैगा, जिस करके अपना एक मैडम जड़े हैगे ने स्टैनो मैडम वो करोना पॉजिटिव आए ने, जिस करके अगली कार्रवाई जड़ी है कोर्ट ने वो डेट जड़ी है वो अगे देंगे, क्योंकि 21 दिन का 14 दिन का क्वारंटाइन है मैडम का। उस तो बाद अगली जड़ी तरीक है वो अपना की कहिंदे कोर्ट देगा सानू। अमृतसर तो मुकेश मेहरा की रिपोर्ट के नाल दी टीवी एन आर आई। सो ऐसा सन अज दिया कुछ खास खबर, अजय ही खबरों के लिए जुड़े रहो कैनेडियन मीडिया की टीवी एन आर आई के।